देखो जो ड्रामा जो तमाशा आम आदमी पार्टी दी पंजाब दी सरकार इन्हां दे मंत्री इन्हां दे मुख्य मंत्री ने जो तमाशा बनाया होया कदे नहीं ये होया सी। हुण की कर रहे हैं बीजेपी दी पिट पिछे लुकण लगे आके अपनियां कमजोरियां गलतियां कारण। चंगा हुंदा भगवंत मान साहब अपने मंत्रियों नूं तुसीं अपने एमएलएआं नूं अज बीजेपी दफ्तर तुसीं घराओ करन दी गल चंडीगढ़ आ रहे हो। ये टाइम जे तुसी मंडियां च लाउंदे कल्ले कल्ले मंडी च मंत्री चार चार पांच पांच थां जांदे थोड़े डीसी थोड़े ऑफिसर थोड़े एमएलए तुसी जांदे तुसी ये वक्त जाया करन लगे हुए चंडीगढ़ आके। पहला तुसी वक्त जाया कर रहे हो सारे केजरीवाल दे कोल आके मीटिंगा दिल्ली कर रहे हो उन्हूं शीश मैल द्वारा किवें मिले थोड़ी कोई सीरीयसनैस नहीं। किसान नूं कोई मतलब नहीं शैलर आला की कर रहे हैं किसान नूं कोई मतलब नहीं आड़तिया की कर रहे हैं किसान नूं कोई मतलब नहीं केंद्र दी सरकार जां सूबे दी सरकार। किसान दी दिवाली सारे त्योहार सब कुछ उहदा आ फसल ते निर्भर आ। तुसीं 44,000 करोड़ रुपया थोड़े जेब च पाया होया पंजाब सरकार दे तुसीं उह 44,000 करोड़ रुपया लोकां तक किसानां तक पहुंचा दो क्यों खून चूसण लगे हो तुसीं उहनां दा क्यों तुसीं। मैं हैरान अंकड़े मंगा मंगा थक गए अंकड़े मंगा मंगा थक गए तुसीं बहाने लाई जाने हो। मैनू दसो लिफ्टिंग थोड़ी नाल मंडी दी लिफ्टिंग नाल एक पैड़ी जिहड़ा राइस आ उहदी लिफ्टिंग नाल थोड़ा की संबंध आ भाई। ओ गदामां दे अंदर पिया है पिया भी अजे मैं कहना पिया है पर उहदे नाल इहदा की संबंध आ। क्यों तुसीं बेवकूफ बनाउण लगे हो किसान नूं। राइस जिहड़ा बणिया पिया ओह पिया रहे ओह जिम्मेवारी मैं तुहानूं कहता भी ओह एफसीआई दा है असीं उहदे पैसे पहलां दित्ते होए आ ਉਹ ਪਿਆ ਨਹੀਂ ਪਿਆ ਉਹਦਾ ਕੁਛ ਹੋਵੇ ਤੁਹਾਨੂੰ ਕੀ ਲੈਣਾ ਦੇਣਾ। ਤੁਸੀਂ ਜਿਹੜੀ ਨਵੀਂ ਖਰੀਦ ਆ 44,000 ਕਰੋੜ ਦੀ ਉਹ ਕਰੋ। ਅੱਜ ਜਿਹੜੀ ਜਿਹੜਾ ਹਾਲਾਤ ਆ ਮੰਡੀਆਂ 'ਚ ਤੁਸੀਂ ਹਜੇ ਕੁੱਲ 10% ਫਸਲ ਖਰੀਦ ਸਕੇ ਹੋ ਕਿਉਂ ਤੁਸੀਂ ਬਦਲੇ ਲੈ ਰਹੇ ਹੋ। ਮੈਂ ਹੈਰਾਨ ਹਾਂ ਇਸ ਗੱਲ ਦੇ ਬੀਜੇਪੀ ਦੇ ਧਰਨਾ ਦੇਣ ਜਿੰਨਾ ਮਰਜ਼ੀ ਧਰਨਾ ਦਿਓ ਪਰ ਜਿਹੜਾ 44,000 ਕਰੋੜ ਰੁਪਈਆ ਕਿਸਾਨਾਂ ਦਾ ਏ ਉਹਨਾਂ ਦਾ ਪੈਸਾ ਏ ਜਿਹੜਾ ਸੈਂਟਰ ਸਰਕਾਰ ਨੇ ਭੇਜਿਆ ਉਹਨਾਂ ਦਾ ਪੈਸਾ ਉਹ ਦਿਓ। ਊਂ ਤੁਸੀਂ ਕਹਿੰਦੇ ਹੋ ਖਜ਼ਾਨੇ ਦੀ ਗੱਲ ਕਰਦੇ ਹੋ ਕੀ ਸਰਕਾਰਾਂ ਲਈ ਗੱਲ ਕਿੱਡੀ ਕੁ ਹੁੰਦੀ ਆ ਇਹ। ਇਸ ਕਰਕੇ ਰੱਬ ਦੇ ਵਾਸਤੇ ਬੀਜੇਪੀ ਦੇ ਮੁੱਛੇ ਤਾਲੇ ਪਾਰਟੀਆਂ ਨਹੀਂ ਗੱਲ ਕਰਦੀਆਂ ਇੱਕ ਦੂਜੇ ਨਾਲ ਸਰਕਾਰਾਂ ਗੱਲ ਕਰਦੀਆਂ ਏ ਅਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਇੱਕ ਵੀ ਮੰਡੀ 'ਚ ਤੁਹਾਡੇ ਮੁੱਖ ਮੰਤਰੀ ਤੁਹਾਡੇ ਹੋਰ ਸੀਨੀਅਰ ਆਫਿਸਰ ਤੁਹਾਡੇ ਜਿਹੜੇ ਵੱਡੇ ਵੱਡੇ ਦਿੱਲੀ ਦੇ ਲੀਡਰ ਇੱਕ ਵੀ ਮੰਡੀ 'ਚ ਨਹੀਂ ਗਏ। ਜੇ ਉਹਨਾਂ ਦਾ ਕਸੂਰ ਨਹੀਂ ਉਹ ਕਿਉਂ ਲੁਕੇ ਹੋਏ ਨੇ। ਬੀਜੇਪੀ ਤਾਂ ਰੋਜ਼ ਮੰਡੀਆਂ 'ਚ ਜਾ ਰਹੀ ਆ ਰੋਜ਼ ਉੱਥੇ ਚੈੱਕ ਕਰ ਰਹੇ ਆ। ਮੈਂ ਹੈਰਾਨ ਹੋ ਗਿਆ ਤੁਹਾਡੇ 'ਤੇ ਇੰਨੇ ਇਮਚਿਓਰ ਨਿਕਲੋਗੇ ਤੁਸੀਂ ਇੰਨੇ ਤੁਸੀਂ ਮੈਂ ਸਮਝਦਾ ਜਵਾਕਾਂ ਵਾਲਾ ਕੰਮ ਕਰੋਗੇ। ਇਹ ਸੋਚਿਆ ਨਹੀਂ ਸੀ ਕਦੇ ਵੀ ਤੁਸੀਂ ਐਡੀ ਸੀਰੀਅਸ ਇਸ਼ੂ ਨੂੰ ਤੁਸੀਂ ਬਿਲਕੁਲ ਫੇਲ ਹੋ ਗਏ ਹੋ। ਅੱਜ ਤੁਸੀਂ ਬੀਜੇਪੀ 'ਤੇ ਜਾਂ ਕੇਂਦਰ 'ਤੇ ਕਿਵੇਂ ਜ਼ਿੰਮੇਵਾਰੀ ਦੇ ਕੇ ਬਚ ਸਕਦੇ ਹੋ। ਫਿਰ ਤੁਸੀਂ ਕੀ ਕਰ ਰਹੇ ਹੋ ਜੇ ਤੁਹਾਡੇ ਪੱਲੇ ਹੈ ਹੀ ਨਹੀਂ ਕੁਛ। ਜੇ ਤੁਸੀਂ ਕੇਂਦਰ 'ਤੇ ਸਿੱਟਣਾ ਫਿਰ ਛੱਡ ਦਿਓ ਨਾ ਫਿਰ ਕੇਂਦਰ 'ਤੇ ਛੱਡ ਦਿਓ। ਕਦੇ ਪੁਰਾਣੀਆਂ ਗੱਲਾਂ ਜੀ ਅਸੀਂ ਉਹ ਜਿਹੜੇ ਐਜੂਕੇਸ਼ਨ ਨੂੰ 2 ਤੋਂ 3 ਸਾਲ ਹੋ ਗਏ ਉਦੋਂ ਪਹਿਲਾਂ ਸਾਰੀਆਂ ਫਸਲਾਂ ਖਰੀਦੀਆਂ ਗਈਆਂ ਹੈ ਕਦੇ ਸਾਇਲ। ਹੁਣ ਮੈਨੂੰ ਪਤਾ ਹੁਣ ਗੱਲ ਅਡਾਨੀ ਅਮਾਨੀ ਸਾਇਲੋ ਉੱਥੇ ਆ ਕੇ ਇੱਕ ਬਹਾਨਾ ਇਹਨਾਂ ਦੇ ਕੋਲ ਹੈਗਾ ਹੋਰ ਇਹਨਾਂ ਕੋਲ ਕੁਛ ਨਹੀਂ ਹੈਗਾ। ਇਸ ਕਰਕੇ ਰੱਬ ਦੇ ਵਾਸਤੇ ਭਗਵੰਤ ਮਾਨ ਸਾਹਿਬ ਤੁਹਾਡੇ 'ਤੇ ਪੰਜਾਬ ਨੇ ਭਰੋਸਾ ਕੀਤਾ ਪੰਜਾਬ ਨੇ ਤੁਹਾਡੀ ਸਰਕਾਰ ਬਣਾਈ ਆ ਅਤੇ 92 ਤੋਂ 3 ਐਮਐਲਏ ਦਿੱਤੇ ਆ ਰਿਕਾਰਡ ਤੋੜ। ਉਹ ਲੋਕ ਤਾਂ ਆਪਣੇ ਦੇਸ਼ ਆਪਣੇ ਪੰਜਾਬ ਪਿੱਛੇ ਜਾਨਾਂ ਦੇ ਗਏ। ਤੁਸੀਂ ਕਿੱਧਰ ਲੁਕੇ ਹੋਏ ਹੋ ਕਿੱਧਰ ਨਿਕਲੋ ਬਾਹਰ। ਇਸ ਕਰਕੇ ਬੀਜੇਪੀ ਦਾ ਜੇ ਤੁਹਾਡਾ ਘਰਾਓ ਕਰਕੇ ਤੁਹਾਡਾ ਕੋਈ ਫਾਇਦਾ ਹੁੰਦਾ ਤਾਂ ਤੁਸੀਂ ਰੋਜ਼ ਕਰੋ ਪਰ ਇਹਦੇ ਨਾਲ ਫਾਇਦਾ ਨਹੀਂ ਹੋਣਾ। ਤੁਸੀਂ ਪਿੱਠ ਪਿੱਛੇ ਲੁੱਕ ਕੇ ਤੁਹਾਡਾ ਗੁਜ਼ਾਰਾ ਨਹੀਂ ਜਿੰਨਾ ਚਿਰ ਬਾਹਰ ਨਹੀਂ ਨਿਕਲੋਗੇ ਇਸੇ ਤਰੀਕੇ ਨਾਲ ਹਾਲਾਤ ਨੇ ਜਿਹੜੇ ਹੋਰ ਬਦਤਰ ਹੋ ਜਾਣਗੇ। ਧੰਨਵਾਦ। ਦੇਖੋ ਜੋ ਡਰਾਮਾ ਜੋ ਤਮਾਸ਼ਾ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਇਹਨਾਂ ਦੇ ਮੰਤਰੀ ਇਹਨਾਂ ਦੇ ਮੁੱਖ ਮੰਤਰੀ ਨੇ ਜੋ ਤਮਾਸ਼ਾ ਬਣਾਇਆ ਹੋਇਆ ਕਦੇ ਨਹੀਂ ਇਹ ਹੋਇਆ ਸੀ। ਹੁਣ ਕੀ ਕਰ ਰਹੇ ਆ ਬੀਜੇਪੀ ਦੀ ਪਿੱਠ ਪਿੱਛੇ ਲੁਕਣ ਲੱਗੇ ਆ ਕੇ ਆਪਣੀਆਂ ਕਮਜ਼ੋਰੀਆਂ ਗਲਤੀਆਂ ਕਾਰਨ। ਚੰਗਾ ਹੁੰਦਾ ਭਗਵੰਤ ਮਾਨ ਸਾਹਿਬ ਆਪਣੇ ਮੰਤਰੀਆਂ ਨੂੰ ਤੁਸੀਂ ਆਪਣੇ ਐਮਐਲਏਆਂ ਨੂੰ ਅੱਜ ਬੀਜੇਪੀ ਦਫ਼ਤਰ ਤੁਸੀਂ ਘਰਾਓ ਕਰਨ ਦੀ ਗੱਲ ਚੰਡੀਗੜ੍ਹ ਆ ਰਹੇ ਹੋ। ਇਹ ਟਾਈਮ ਜੇ ਤੁਸੀਂ ਮੰਡੀਆਂ 'ਚ ਲਾਉਂਦੇ
ਕੱਲੇ ਕੱਲੇ ਮੰਡੀ 'ਚ ਮੰਤਰੀ ਚਾਰ ਚਾਰ ਪੰਜ ਪੰਜ ਥਾਂ ਜਾਂਦੇ, ਤੁਹਾਡੇ ਡੀ ਸੀ, ਤੁਹਾਡੇ ਆਫਿਸਰ, ਤੁਹਾਡੇ ਐਮ ਐਲ ਏ, ਤੁਸੀਂ ਜਾਂਦੇ, ਤੁਸੀਂ ਇਹ ਵਕਤ ਜਾਇਆ ਕਰਨ ਲੱਗੇ ਹੋਏ ਚੰਡੀਗੜ੍ਹ ਆ ਕੇ? ਪਹਿਲਾਂ ਤੁਸੀਂ ਵਕਤ ਜਾਇਆ ਕਰ ਰਹੇ ਹੋ ਸਾਰੇ ਕੇਜਰੀਵਾਲ ਦੇ ਕੋਲ ਆ ਕੇ ਮੀਟਿੰਗਾਂ ਦਿੱਲੀ ਕਰ ਰਹੇ ਹੋ, ਉਹਨੂੰ ਸ਼ੀਸ਼ ਮਹਿਲ ਦੁਆਰਾ ਕਿਵੇਂ ਮਿਲੇ? ਤੁਹਾਡੀ ਕੋਈ ਸੀਰੀਅਸਨੈਸ ਨਹੀਂ, ਕਿਸਾਨ ਨੂੰ ਕੋਈ ਮਤਲਬ ਨਹੀਂ, ਸ਼ੈਲਰ ਵਾਲਾ ਕੀ ਕਰ ਰਿਹਾ, ਕਿਸਾਨ ਨੂੰ ਕੋਈ ਮਤਲਬ ਨਹੀਂ, ਆੜ੍ਹਤੀਆ ਕੀ ਕਰ ਰਿਹਾ, ਕਿਸਾਨ ਨੂੰ ਕੋਈ ਮਤਲਬ ਨਹੀਂ, ਕੇਂਦਰ ਦੀ ਸਰਕਾਰ ਜਾਂ ਸੂਬੇ ਦੀ ਸਰਕਾਰ, ਕਿਸਾਨ ਦੀ ਦੀਵਾਲੀ, ਸਾਰੇ ਤਿਉਹਾਰ, ਸਭ ਕੁਛ ਉਹਦਾ ਆ ਫਸਲ 'ਤੇ ਨਿਰਭਰ ਆ। ਤੁਸੀਂ 44,000 ਕਰੋੜ ਰੁਪਈਆ ਤੁਹਾਡੇ ਜੇਬ 'ਚ ਪਾਇਆ ਹੋਇਆ ਪੰਜਾਬ ਸਰਕਾਰ ਦੇ, ਤੁਸੀਂ ਉਹ 44,000 ਕਰੋੜ ਰੁਪਈਆ ਲੋਕਾਂ ਤੱਕ, ਕਿਸਾਨਾਂ ਤੱਕ ਪਹੁੰਚਾ ਦਿਓ, ਕਿਉਂ ਖੂਨ ਚੂਸਣ ਲੱਗੇ ਹੋ ਤੁਸੀਂ ਉਹਨਾਂ ਦਾ? ਕਿਉਂ ਤੁਸੀਂ, ਮੈਂ ਹੈਰਾਨ ਹਾਂ, ਅੰਕੜੇ ਮੰਗਾ ਮੰਗਾ ਥੱਕ ਗਏ, ਤੁਸੀਂ ਬਹਾਨੇ ਲਾਈ ਜਾਂਦੇ ਹੋ। ਮੈਨੂੰ ਦੱਸੋ, ਲਿਫਟਿੰਗ ਤੁਹਾਡੀ ਨਾਲ, ਮੰਡੀ ਦੀ ਲਿਫਟਿੰਗ ਨਾਲ, ਇੱਕ ਪੈਡੀ ਜਿਹੜਾ ਰਾਈਸ ਆ ਉਹਦੀ ਲਿਫਟਿੰਗ ਨਾਲ ਤੁਹਾਡਾ ਕੀ ਸੰਬੰਧ ਆ ਭਾਈ? ਉਹ ਗੋਦਾਮਾਂ ਦੇ ਅੰਦਰ ਪਿਆ ਏ, ਪਿਆ ਵੀ ਅਜੇ ਮੈਂ ਕਹਿੰਦਾ ਪਿਆ ਏ, ਪਰ ਉਹਦੇ ਨਾਲ ਇਹਦਾ ਕੀ ਸੰਬੰਧ ਆ? ਕਿਉਂ ਤੁਸੀਂ ਬੇਵਕੂ ਬਣਾਉਣ ਲੱਗੇ ਹੋ ਕਿਸਾਨ ਨੂੰ? ਰਾਈਸ ਜਿਹੜਾ ਬਣਿਆ ਪਿਆ ਉਹ ਪਿਆ ਰਵੇ, ਉਹ ਜ਼ਿੰਮੇਵਾਰੀ ਮੈਂ ਤੁਹਾਨੂੰ ਕਹਿਤਾ ਵੀ ਉਹ FCI ਦਾ ਏ, ਅਸੀਂ ਉਹਦੇ ਪੈਸੇ ਪਹਿਲਾਂ ਦਿੱਤੇ ਹੋਏ ਆ। ਉਹ ਪਿਆ ਨਹੀਂ ਪਿਆ ਉਹਦਾ ਕੁਛ ਹੋਵੇ, ਤੁਹਾਨੂੰ ਕੀ ਲੈਣਾ ਦੇਣਾ? ਤੁਸੀਂ ਜਿਹੜੀ ਨਵੀਂ ਖਰੀਦ ਆ 44,000 ਕਰੋੜ ਦੀ, ਉਹ ਕਰੋ। ਅੱਜ ਜਿਹੜਾ ਹਾਲਾਤ ਆ ਮੰਡੀਆਂ 'ਚ, ਤੁਸੀਂ ਹਜੇ ਕੁੱਲ 10% ਫਸਲ ਖਰੀਦ ਸਕੇ ਹੋ, ਕਿਉਂ ਤੁਸੀਂ ਬਦਲੇ ਲੈ ਰਹੇ ਹੋ? ਮੈਂ ਹੈਰਾਨ ਹਾਂ ਇਸ ਗੱਲ ਦੇ। BJP ਦੇ ਧਰਨਾ ਦੇਣ, ਜਿੰਨਾ ਮਰਜ਼ੀ ਧਰਨਾ ਦਿਓ, ਪਰ ਜਿਹੜਾ 44,000 ਕਰੋੜ ਰੁਪਈਆ ਕਿਸਾਨਾਂ ਦਾ ਏ, ਉਹਨਾਂ ਦਾ ਪੈਸਾ ਏ, ਜਿਹੜਾ ਸੈਂਟਰ ਸਰਕਾਰ ਨੇ ਭੇਜਿਆ ਉਹਨਾਂ ਦਾ ਪੈਸਾ, ਉਹ ਦਿਓ। ਊ ਤੁਸੀਂ ਕਹਿੰਦੇ ਹੋ ਖਜ਼ਾਨੇ ਦੀ ਗੱਲ ਕਰਦੇ ਹੋ, ਕੀ ਸਰਕਾਰਾਂ ਲਈ ਗੱਲ ਕਿੱਡੀ ਕੁ ਹੁੰਦੀ ਆ ਇਹ? ਇਸ ਕਰਕੇ ਰੱਬ ਦੇ ਵਾਸਤੇ, BJP ਦੇ ਮੁੱਛੇ ਤਾਲੇ, ਪਾਰਟੀਆਂ ਨਹੀਂ ਗੱਲ ਕਰਦੀਆਂ ਇੱਕ ਦੂਜੇ ਨਾਲ, ਸਰਕਾਰਾਂ ਗੱਲ ਕਰਦੀਆਂ ਏ। ਅਤੇ ਮੁੱਖ ਮੰਤਰੀ ਸਾਹਿਬ ਤੁਹਾਡੇ, ਇੱਕ ਵੀ ਮੰਡੀ 'ਚ ਤੁਹਾਡੇ ਮੁੱਖ ਮੰਤਰੀ, ਤੁਹਾਡੇ ਹੋਰ ਸੀਨੀਅਰ ਆਫਿਸਰ, ਤੁਹਾਡੇ ਜਿਹੜੇ ਵੱਡੇ ਵੱਡੇ ਦਿੱਲੀ ਦੇ ਲੀਡਰ, ਇੱਕ ਵੀ ਮੰਡੀ 'ਚ ਨਹੀਂ ਗਏ। ਜੇ ਉਹਨਾਂ ਦਾ ਕਸੂਰ ਨਹੀਂ, ਉਹ ਕਿਉਂ ਲੁਕੇ ਹੋਏ ਨੇ? BJP ਤਾਂ ਰੋਜ਼ ਮੰਡੀਆਂ 'ਚ ਜਾ ਰਹੀ ਆ, ਰੋਜ਼ ਉੱਥੇ ਚੈੱਕ ਕਰ ਰਹੇ ਆ। ਮੈਂ ਹੈਰਾਨ ਹੋ ਗਿਆ ਤੁਹਾਡੇ 'ਤੇ, ਇੰਨੇ ਇਮਚਿਓਰ ਨਿਕਲੋਗੇ ਤੁਸੀਂ, ਇੰਨੇ ਤੁਸੀਂ ਮੈਂ ਸਮਝਦਾ ਜਵਾਕਾਂ ਵਾਲਾ ਕੰਮ ਕਰੋਗੇ। ਇਹ ਸੋਚਿਆ ਨਹੀਂ ਸੀ ਕਦੇ ਵੀ ਤੁਸੀਂ ਐਡੀ ਸੀਰੀਅਸ ਇਸ਼ੂ ਨੂੰ ਤੁਸੀਂ ਬਿਲਕੁਲ ਫੇਲ ਹੋ ਗਏ ਹੋ। ਅੱਜ ਤੁਸੀਂ BJP 'ਤੇ ਜਾਂ ਕੇਂਦਰ 'ਤੇ ਕਿਵੇਂ ਜ਼ਿੰਮੇਵਾਰੀ ਦੇ ਕੇ ਬਚ ਸਕਦੇ ਹੋ? ਫਿਰ ਤੁਸੀਂ ਕੀ ਕਰ ਰਹੇ ਹੋ? ਜੇ ਤੁਹਾਡੇ ਪੱਲੇ ਹੈ ਹੀ ਨਹੀਂ ਕੁਛ, ਜੇ ਤੁਸੀਂ ਕੇਂਦਰ 'ਤੇ ਸਿੱਟਣਾ, ਫਿਰ ਛੱਡ ਦਿਓ ਨਾ, ਫਿਰ ਕੇਂਦਰ 'ਤੇ ਛੱਡ ਦਿਓ। ਕਦੇ ਪੁਰਾਣੀਆਂ ਗੱਲਾਂ ਜੀ, ਅਸੀਂ ਉਹ ਜਿਹੜੇ ਐਜੀਟੇਸ਼ਨ ਨੂੰ 2-3 ਸਾਲ ਹੋ ਗਏ, ਉਦੋਂ ਪਹਿਲਾਂ ਸਾਰੀਆਂ ਫਸਲਾਂ ਖਰੀਦੀਆਂ ਗਈਆਂ ਹੈ। ਕਦੇ ਹੁਣ ਮੈਨੂੰ ਪਤਾ ਹੁਣ ਗੱਲ ਅਡਾਨੀ ਅਮਾਨੀ ਸੈਲੋ ਉੱਥੇ ਆ ਕੇ ਇੱਕ ਬਹਾਨਾ ਇਹਨਾਂ ਦੇ ਕੋਲ ਹੈਗਾ, ਹੋਰ ਇਹਨਾਂ ਕੋਲ ਕੁਛ ਨਹੀਂ। ਇਸ ਕਰਕੇ ਰੱਬ ਦੇ ਵਾਸਤੇ ਭਗਵੰਤ ਮਾਨ ਸਾਹਿਬ, ਤੁਹਾਡੇ 'ਤੇ ਪੰਜਾਬ ਨੇ ਭਰੋਸਾ ਕੀਤਾ, ਪੰਜਾਬ ਨੇ ਤੁਹਾਡੀ ਸਰਕਾਰ ਬਣਾਈ ਆ, ਅਤੇ 92 ਤੋਂ 3 MLA ਦਿੱਤੇ ਆ ਰਿਕਾਰਡ ਤੋੜ। ਉਹ ਲੋਕ ਤਾਂ ਆਪਣੇ ਦੇਸ਼, ਆਪਣੇ ਪੰਜਾਬ ਪਿੱਛੇ ਜਾਨਾਂ ਦੇ ਗਏ। ਤੁਸੀਂ ਕਿੱਧਰ ਲੁਕੇ ਹੋਏ ਹੋ? ਕਿੱਧਰ ਨਿਕਲੋ ਬਾਹਰ। ਇਸ ਕਰਕੇ BJP ਦਾ ਜੇ ਤੁਹਾਡਾ ਘਰਾਓ ਕਰਕੇ ਤੁਹਾਡਾ ਕੋਈ ਫਾਇਦਾ ਹੁੰਦਾ ਤਾਂ ਤੁਸੀਂ ਰੋਜ਼ ਕਰੋ, ਪਰ ਇਹਦੇ ਨਾਲ ਫਾਇਦਾ ਨਹੀਂ ਹੋਣਾ। ਤੁਸੀਂ ਪਿੱਠ ਪਿੱਛੇ ਲੁੱਕ ਕੇ ਤੁਹਾਡਾ ਗੁਜ਼ਾਰਾ ਨਹੀਂ, ਜਿੰਨਾ ਚਿਰ ਬਾਹਰ ਨਹੀਂ ਨਿਕਲੋਗੇ। ਇਸੇ ਤਰੀਕੇ ਨਾਲ ਹਾਲਾਤ ਨੇ ਜਿਹੜੇ ਹੋਰ ਬੱਤਰ ਹੋ ਜਾਣਗੇ। ਧੰਨਵਾਦ।